हलका गिल दे पिंड नत्त विच डिपू होल्डर वालों परची ना कट्टन ते लोग होए परेशान। वड्डी गिणती विच पंजाब सरकार वालों कणक दित्ती जा रही है, पर इस बार कणक की कटौती करके लोगों को कणक नहीं मिल रही, जिस करके लोगों ने सरकार को गुहार लगाई। इस मौके पर लोगों वालों डिपू होल्डर से इल्जाम लगाए, जिस डिपू होल्डर वालों कणक पूरी ना दी जाने और परची ना कट्टन से लोगों के वालों रोष जताया गया। सानू जी कणक नहीं मिल रही, सानू एक दिन पर्ची कटते हैं, दूसरे दिन सानू असी पांच गेड़े उत्थे भी लाए, सानू तां भी कणक नहीं मिल रही। किन्ने समय तो प्रॉब्लम आ रही है जी? ये तो साढ़ा तो हर बार ही काम है जी। की नाम की है जी? दीपू वाले दा कुलदीप सिंह जी, ते पम्मा पिंड है जी। ते इत्थे कि कणक मतलब किहड़े महीने पर्ची कटदा है, किस तरह कटदा की जी? परची तो जो भी मतलब कणक आँदी तो परची कटते हैं जरूर, पर एक दिन आते हैं, दूजे दिन नहीं आते। साढ़े कोल इनफॉर्मेशन नहीं होंदी पहला पर्ची कटण तो पहला? नहीं जी, लॉसमेंट नहीं होंदी, कुछ नहीं। नहीं जी, आंढ़ियां गुआंढ़ियों तो पता लगता सानू भी परची कटते हैं। अज भी नहीं परची हजे तक कट हुई, पिछले हफ्ते पिछले महीने कणक मिली, वह भी नहीं कणक मिली है। गलबात की कहते कणक मिल जाओ, बेटे को कहते उत्थे जाओ, पर बेटे ने नहीं कणक दी, पांच गेड़े लाया है। असी दो दो किलो आटा लिया के गुजारा किया। ਕਣਕ ਮਤਲਬ ਜਿਹੜੀ ਕਿੰਨੀ ਕਣਕ ਕੱਟਦਾ ਵੀ ਕਿੰਨੀ ਪਰਚੀ ਕੱਟਦਾ ਕਿੰਨੇ ਮੈਂਬਰਾਂ ਦੀ ਹੈ? ਸਾਡੀ ਤਾਂ ਜੀ ਦੋ ਦੀ ਆ, ਮੈਂ ਤਾਂ ਕਹਿ ਕੇ ਬੱਚਿਆਂ ਦੀ ਕਣਕ ਕਟਵਾਈ ਹੈ, ਮੇਰੀਆਂ ਬੇਟੀਆਂ ਵਿਆਹੀਆਂ ਗਈਆਂ ਸੀ, ਮੈਂ ਕਹਿ ਕੇ ਪਰਚੀਆਂ ਕਟਵਾਈਆਂ ਉਹਨਾਂ ਦੀਆਂ ਵੀ ਸਾਡੀਆਂ ਬੱਚੇ ਵਿਆਹ ਗਏ ਭਾਈ, ਆਪਦੀ ਉੱਥੇ ਬਣਵਾਉਣਗੇ। ਫਿਰ ਤੋਂ ਖੜੇ ਹਾਂ, ਸਾਡੀ ਪਰਚੀ ਨਹੀਂ ਕੱਟੀ ਹੈਗੀ, ਅਸੀਂ ਜਦੋਂ ਹੁਣ ਖੜੇ ਰਹੇ ਹਾਂ ਤਾਂ ਫਿਰ ਕਹਿੰਦੇ ਵੀ ਇੱਥੇ ਤਾਂ 70% ਕਾਰਡ 'ਤੇ ਆਈ ਹੋਈ ਆ, ਵੀ ਕਣਕ ਵੀ 30% ਰਹਿੰਦੇ, ਜਦੋਂ ਉਹ ਆਊਗੀ ਉਦੋਂ ਤੁਹਾਡੀ ਪਰਚੀ ਕੱਟਾਂ। ਕਿੰਨੇ ਸਮੇਂ ਤੋਂ ਪ੍ਰੋਬਲਮ ਆ ਰਹੀ ਹੈ ਜੀ ਇਹ? ਹਾਂਜੀ, ਸ਼ੁਰੂ ਤੋਂ ਆ ਰਹੀ ਹੈ ਮੇਰੀ ਪ੍ਰੋਬਲਮ। ਤੇ ਕਦੇ ਕਿਹਾ ਨਹੀਂ ਉਸ ਨੂੰ? ਉਹਨੂੰ ਕਿਹਾ ਵਾ, ਕਿੰਨੀ ਵਾਰੀ ਕਿਹਾ, ਕਹਿੰਦਾ ਕੋਈ ਨਹੀਂ ਵੀ ਦੇਖਾਂਗੇ। ਤੇ ਕਣਕ ਪੂਰੀ ਦਿੰਦਾ ਜੀ? ਕਿਸ ਤਰ੍ਹਾਂ ਦਾ ਕਣਕ ਪੂਰੀ ਵਗੈਰਾ? ਇੱਕ ਮੈਂਬਰ ਦੀ ਕਣਕ ਮਿਲਦੀ ਹੈ ਸਾਨੂੰ, ਇੱਕ ਮੈਂਬਰ ਦੀ ਕਣਕ ਮਿਲਦੀ ਹੈ ਜੀ। ਹਾਂਜੀ, ਤੇ ਕਣਕ ਵਗੈਰਾ ਪੂਰੀ ਦਿੰਦਾ ਕਿ ਉਹ ਵੀ ਕੱਟ ਕੇ ਦਿੰਦਾ ਵਾ? ਉਹ ਵੀ ਕੱਟ ਕੇ ਮਿਲਦੀ ਹੈ ਸਾਨੂੰ। ਕੀ ਬੋਲੋ ਜੀ, ਖੁੱਲ ਕੇ ਬੋਲੋ। ਉਹ ਕੱਟ ਕੇ ਮਿਲਦੀ ਹੈ ਉਹ ਵੀ ਕਣਕ ਸਾਨੂੰ। ਤੇ ਕੀ ਹੁਣ ਕੀ ਚਾਹੁੰਦੇ ਜੀ? ਸਾਨੂੰ ਜਿਹੜਾ ਸਾਡਾ ਪੂ ਹੈਗਾ ਵਾ ਸਰਕਾਰੀ ਖਾਤਾ, ਉਹ ਤਾਂ ਸਾਨੂੰ ਪੂਰਾ ਮਿਲਣਾ ਚਾਹੀਦਾ ਵਾ। ਕਿੱਥੇ ਆ ਆਓ, ਜਦੋਂ ਹੀ ਚਲੇ ਜਾਂਦੇ ਨੇ ਕਹਿ ਦਿੰਦੇ ਤੇਰਾ ਅੰਗੂਠਾ ਨਹੀਂ ਲੱਗਦਾ, ਆ ਨਹੀਂ ਹੁੰਦਾ, ਆ ਨਹੀਂ ਹੁੰਦਾ। ਬਸ ਆਉਂਦਾ ਕਦੋਂ? ਡਿਪੂ ਵਾਲਾ ਕਦੋਂ ਆਉਂਦਾ ਵੈਸੇ? ਸਾਨੂੰ ਆਪ ਨੂੰ ਨਹੀਂ ਪਤਾ ਕਦ ਆਉਂਦਾ ਉਹ। ਚੋਰੀ ਆਉਂਦਾ ਕਿਸੇ ਦੇ ਕਿਚ ਬਹਿ ਕੇ ਤੋਂ ਕੱਟਦਾ ਕਿ ਕਿਸੇ ਦੇ ਅੰਦਰਾਂ 'ਚ ਲੁੱਕ ਕੇ? ਹਾਂਜੀ, ਅੰਦਰਾਂ 'ਚ ਲੁੱਕ ਕੇ ਕਰਦਾ ਪਰਚੀਆਂ ਕੱਟਦਾ ਵਾ। ਕੀ ਕਹਿੰਦਾ ਕਿ ਇਹ ਪਰਚੀ ਕੱਟਣ ਵੇਲੇ ਕੀ ਕੱਟਦਾ ਨਹੀਂ ਪਰਚੀ, ਕੀ ਚੱਕਰ ਕੀ ਹੈ? ਕਹਿ ਦਿੰਦੇ ਫੇਰ ਆ ਜਿਓ, ਵਿਹਲੇ ਵੇਲੇ ਆ ਜਿਓ। ਹਾਂਜੀ, ਆ ਕੁਛ ਬੋਲਦਾ ਵੀਰ ਜੀ? ਦੋ ਦੋ, ਇੱਕ ਮੇਰਾ ਬੇਟਾ ਵਾ ਅਤੇ ਇੱਕ ਮੇਰੀ ਨੂੰਹ ਆ, ਇੱਕ ਮੈਂ ਆ, ਦੋ ਮੇਰੇ, ਇੱਕ ਮੇਰਾ ਪੋਤਾ ਪੋਤੀ ਆ, ਦੋ ਉਹ ਨੇ ਅਤੇ ਇੱਕ ਮੈਨੂੰ ਕਣਕ ਦਿੰਦੇ ਨੇ, ਬਸ ਇੱਕ ਮੇਰੀ ਨੂੰਹ ਨੂੰ ਦਿੰਦੇ ਨੇ, ਨਾ ਮੇਰੇ ਪੁੱਤ ਦੋ ਜੋ ਬੱਚਿਆਂ ਨੂੰ, ਨਾ ਮੇਰੀ ਮੁੰਡੇ ਨੂੰ। ਵਿਆਹਿਆ ਵਰਿਆ ਹੋਇਆ ਪਹਿਲਾਂ ਸਾਨੂੰ ਸਾਰਿਆਂ ਨੂੰ ਕਣਕ ਮਿਲਦੀ ਰਹੀ ਆ, ਹੁਣ ਸਾਨੂੰ ਇੱਕ ਮੇਰੀ ਨੂੰਹ ਨੂੰ, ਇੱਕ ਮੈਨੂੰ, ਹੁਣ ਬਸ ਕਣਕ ਦਿੰਦਾ ਵਾ। ਆ ਪਿਛਲੀ ਮਹੀਨੇ ਕਣਕ ਦਿੱਤੀ ਨਹੀਂ, ਕਹਿੰਦਾ ਗਾਹਾਂ ਲਈ ਅਗਲੀ ਗੇਰ ਦਊਂਗਾ। ਮੈਂ ਜਦ ਹੁਣ ਪਰਚੀ ਕਟਾਉਣ ਆਈ, ਕਹਿੰਦਾ ਪਹਿਲਾਂ ਆਹਦਾ ਲੈ ਲਓ, ਕਹਿੰਦੀ ਗਾਹਾਂ ਦੀ ਗੇਰੇ ਨੂੰ ਦੇਖੀ ਜਾਂਦੀ ਹੈ, ਹੁਣ ਪਤਾ ਨਹੀਂ ਵੀ ਕਿਵੇਂ ਦਊਂ ਪਰਚੀ ਹੁਣ ਕੱਟਤੀ ਮੈਨੂੰ। ਮੈਂ ਕਿਹਾ ਵੀ ਹੁਣ ਜਿਹੜੀ ਵੀਰ ਪਿਛਲੀ ਕਣਕ ਸਾਡੀ ਰਹਿੰਦੀ ਆ, ਕਹਿੰਦੇ ਉਹ ਨਹੀਂ ਮਿਲਣੀ ਹੈਗੀ, ਨਾ ਮੇਰੀ ਪਰਚੀ ਕੱਟੀ ਹੋਈ ਨਹੀਂ। ਬੁਲਾਇਆ ਵਾ ਜੀ, ਅਸੀਂ ਆਏ ਸੀਗੇ ਦੇਣ, ਕਣਕ ਲੈਣ ਆਏ ਸੀਗੇ, ਕਹਿੰਦੇ ਤੁਹਾਡੀ ਕਣਕ ਨਹੀਂ ਆਈ ਹੈਗੀ, ਕਹਿੰਦੇ ਜਿਹਨਾਂ ਦੇ ਇੱਕ ਇੱਕ ਮੈਂਬਰ ਆ, ਕਹਿੰਦਾ ਉਹਨੇ, ਮੈਂ ਕਿਹਾ ਜਿਹੜੇ ਮੇਰੇ ਬੇਟੇ ਨੇ ਨਾ ਮੇਰੇ ਪੋਤੇ ਪੋਤੀ ਨੂੰ, ਉਹਨਾਂ ਨੂੰ ਕਾਤੇ ਕਣਕ ਨਹੀਂ ਆਈ, ਕਹਿੰਦਾ ਉਹਨਾਂ ਦੇ ਨਾਂ ਨਹੀਂ ਹੈਗੇ। ਫਿਰ ਮੈਂ ਜੀ ਉੱਥੇ ਵੀ ਜਾ ਕੇ ਆਈ ਹਾਂ ਦਫ਼ਤਰ, ਉਹਨਾਂ ਨੇ ਵੀ ਮੈਂ ਛੜ ਕੁਛ ਨਹੀਂ ਕਰਿਆ ਹੈਗਾ। ਉਹ ਵੀ ਕਹਿੰਦੇ ਕਹਿੰਦੇ ਜਦੋਂ ਨਵੇਂ ਕਾਰਡ ਬਣਨਗੇ ਛੜ ਬਣ ਜੂਗਾ, ਕਹਿੰਦੇ ਦੇ ਦਾਂਗੇ ਤੁਹਾਨੂੰ। ਹਾਂਜੀ, ਸਾਰਿਆਂ ਦੇ ਨਾਮ ਨੇ ਜੀ। ਸਾਨੂੰ ਤਾਂ ਜੀ ਇੱਕ ਮੇਰੀ ਨੂੰਹ ਨੂੰ ਦਿੰਦਾ ਵਾ, ਅੱਜ ਦੋ ਮੈਂਬਰਾਂ ਨੂੰ ਦਿੰਦਾ ਮੈਨੂੰ, ਔਰ ਮੇਰੀ ਨੂੰਹ ਨੂੰ ਕਣਕ ਮਿਲਦੀ ਆ, ਤਿੰਨ ਮੈਂਬਰਾਂ ਨੂੰ ਸਾਨੂੰ ਬਿਲਕੁਲ ਕਣਕ ਨਹੀਂ ਮਿਲਦੀ ਹੈਗੀ। ਨਾ ਕੱਟ ਵਿੱਚੋਂ ਦੋ ਕਿਲੋ ਕੱਢ ਲੈਂਦਾ ਵਾ, ਹਰੇਕ ਦੋ ਦੋ ਥੈਲੇ ਮਿਲਦੇ ਸਾਨੂੰ, ਮੇਰੀ ਨੂੰਹ ਨੂੰ, ਉਹਦੇ ਵਿੱਚ ਦੋ ਦੋ ਕਿਲੋ ਕੱਢ ਕੇ ਕਣਕ 28 ਕਿਲੋ ਦਿੰਦਾ। ਹਾਂਜੀ, ਨਾ ਜੀ ਤੋਲ ਕੇ ਤਾਂ ਦੇ ਦਿੰਦਾ ਵਾ, ਸਾਨੂੰ ਕੀ ਪਤਾ ਹੁਣ ਕਸੀ ਕੰਡੇ ਦਾ ਪਤਾ ਵਾ, ਉਹਦੇ ਵਿੱਚ ਦੋਹਾਂ ਥੈਲਿਆਂ ਚੋਂ ਕੱਢ ਲੈਂਦਾ ਵਾ ਦੋ ਦੋ ਕਿਲੋ। ਹੋ ਗਏ ਸਾਡਾ ਕਾਰਡ ਕੱਟੇ ਨੂੰ, ਮੇਰੇ ਪੰਜ ਬੇਟੀਆਂ ਨੇ, ਇੱਕ ਮੇਰੇ ਬੇਟਾ, ਦੋ ਜੀ ਅਸੀਂ ਆਪ, ਸਾਨੂੰ ਕਣਕ ਬਿਲਕੁਲ ਨਹੀਂ ਮਿਲਦੀ, 3 ਸਾਲ ਹੋ ਗਏ। ਮੈਂ ਦਫ਼ਤਰ ਵਿੱਚ 100 ਗੇੜਾ ਮਾਰਤਾ, ਉੱਥੇ ਸਾਡੀ ਕੋਈ ਸੁਣਵਾਈ ਨਹੀਂ ਕਰਦਾ। ਪਹਿਲਾਂ ਹਾਂਜੀ ਚੱਲਦਾ ਸੀ, ਜਦੋਂ ਲੋਕਡਾਊਨ ਲੱਗਿਆ ਪਹਿਲਾਂ ਗੱਲ ਜੀ, ਉਹ ਕਹਿੰਦਾ ਸਾਨੂੰ ਡੀਪੂ ਦਫ਼ਤਰ ਜਾਵੋ, ਦਫ਼ਤਰ ਵਾਲੇ ਸਾਨੂੰ ਕਹਿੰਦੇ ਡੀਪੂ ਵਾਲੇ ਨੂੰ ਪੁੱਛੋ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ, 3 ਸਾਲ ਹੋ ਗਏ ਜੀ। ਕਿੰਨੇ ਬੱਚੇ ਨੇ ਵੀ? ਮੇਰੇ 5 ਬੱਚੇ ਬੇਟੀਆਂ ਨੇ, ਇੱਕ ਮੇਰੇ ਬੇਟਾ, ਦੋ ਜੀ ਅਸੀਂ ਆਪ, ਸਾਨੂੰ ਕਣਕ ਨਹੀਂ ਮਿਲਦੀ ਹੈਗੀ।
ਇੱਕ ਦਿਨ ਪਹਿਲਾਂ ਦੱਸਿਆ ਹੋਣਾ ਚਾਹੀਦਾ ਵੀ ਅਸੀਂ ਆਉਣਾ ਵਾ, ਕੱਲ ਨੂੰ ਆਉਣਾ ਜਾਂ ਪਰਸੋਂ ਨੂੰ ਆਉਣਾ, ਇੰਨੀ ਤਰੀਕ ਆਵਾਂਗੇ, ਬੰਦਾ ਉਹ ਘਰੇ ਰਹਿ ਲੈਂਦਾ ਜਦੋਂ ਹੁਣ ਬੰਦੇ 7 ਵਜੇ ਅਸੀਂ ਚਲੇ ਜਾਂਦੇ ਹਾਂ, 7:30 ਵਜੇ ਜੇ 9 ਵਜੇ ਆਊ ਤਾਂ ਦੁਪਹਿਰ ਹੀ ਆਉਣਾ ਬੰਦੇ ਲੰਚ ਟਾਈਮ, ਉਸ ਤੋਂ ਬਿਨਾਂ ਕਦੋਂ ਆਉਣਾ ਵਾ। ਜਦ ਕਹਿ ਦਿੰਦੇ ਇੱਕ ਦਿਨ ਆਇਆ ਜੀ, ਦੂਜੇ ਦਿਨ ਨਹੀਂ ਅਸੀਂ ਆਉਂਦੇ ਹੈਗੇ, ਮਸ਼ੀਨ ਇੱਕ ਦਿਨ ਆਉਂਦੀ ਹੈ। ਹਾਂ ਇੱਕ ਦਿਨ ਲਈ ਹੈ ਜੀ, ਹੁਣ ਕੱਲ੍ਹ ਦੀ ਕਣਕ ਆਈ ਪਈ ਹੈ ਜੀ, ਪਰਸੋਂ ਦੇ ਡੀਕ, ਪਰਸੋਂ ਆਈ ਹੈ ਕਣਕ, ਕੱਲ੍ਹ ਪਰਸੋਂ ਦੀ ਆਈ ਪਈ ਹੈ ਕਣਕ, ਕੱਲ੍ਹ ਡੀਕੀ, ਕੱਲ੍ਹ ਨਹੀਂ ਆਇਆ, ਅੱਜ ਜਦੋਂ ਕੰਮਾਂ 'ਤੇ ਚਲੇ ਉਦੋਂ ਇਹ ਆ ਗਿਆ। ਫਿਰ ਦੱਸੋ ਹੁਣ ਕੀ ਬੰਦਾ ਕਰੂ, ਜਾਂ ਤਾਂ ਸੱਜ ਰਿਹਾ ਆਵੇ। ਹਰ ਵਾਰੀ ਦੇ ਇਹੀ ਪ੍ਰੋਬਲਮ ਆ, ਪਿਛਲੀ ਵਾਰੀ ਇਹ ਚਲੇ ਗਏ, ਅਸੀਂ ਘਰੇ ਵੀ ਗਏ, ਉਹ ਕਹਿੰਦੇ ਵੀ ਮਸ਼ੀਨ ਹੁਣ ਤਾਂ ਹੈ ਨਹੀਂ ਗੀ, ਤੁਹਾਨੂੰ ਫੋਨ ਕਰਾਂਗੇ, ਫੋਨ ਕਿਸੇ ਦਾ ਆਇਆ ਨਹੀਂ ਮੁੜ ਕੇ। ਮੈਨੂੰ ਤਾਂ ਹੁਣ ਇਹ ਤਾਂ ਪਤਾ ਨਹੀਂ ਕਿੰਨੇ ਵਜੇ, ਅਸੀਂ ਤਾਂ ਉਹ ਦਿਨ 3 ਜਣੇ ਮੁੜ ਕੇ ਆਏ ਹਾਂ ਪਿਛਲੀ ਵਾਰੀ। ਠੀਕ ਹੈ ਜੀ, ਪਿੰਡ ਦੇ ਸਰਪੰਚ ਨੂੰ ਹੁਣ ਕੀ ਕਹੀਏ, ਸਰਪੰਚ ਤਾਂ ਜਮੇ ਨਹੀਂ ਸੁਣਦਾ ਕੋਈ ਗੱਲਬਾਤ, ਪਿਛਲੀ ਵਾਰੀ ਵੀ ਰਹਿ ਗਏ, ਹੁਣ ਹੀ ਦੇਖ ਲਾ ਕਿੰਨੇ ਖੜੇ ਨੇ, ਅਜੇ 2 ਬਰਲੀ ਸੜ ਖੜੇ ਨੇ 3, ਜਿਨ੍ਹਾਂ ਨੂੰ ਪਿੱਛੇ ਕਣਕ ਨਹੀਂ ਮਿਲੀ ਹੈਗੀ। ਮੈਂ ਜਾ ਕਣਕ ਵਟਾਉਣ ਲੱਗੀ ਪਰਚੀ, ਮੈਨੂੰ ਕਹਿੰਦਾ 25 ਬੰਦੇ ਨੇ ਮੇਰੀ ਨਿਗਾਹ 'ਚ ਵੀ ਜਿਨ੍ਹਾਂ ਨੂੰ ਪਿੱਛੇ ਕਣਕ ਨਹੀਂ ਮਿਲੀ ਹੈਗੀ। ਕੁਲਦੀਪ ਸਿੰਘ ਜੀ, ਮੈਟਰ ਦਾ ਜੀ ਆਪਣਾ 329 ਕੁਇੰਟਲ ਦਾ ਕੋਟਾ, 230 ਕੁਇੰਟਲ ਕਣਕ ਮਿਲੀ ਆਪਾਂ ਨੂੰ, 99 ਕੁਇੰਟਲ ਕਣਕ ਘੱਟ ਮਿਲੀ ਆ, ਜਦ ਮਿਲ ਜੂਗੀ ਕਣਕ ਇਹ ਜਾਰੀ ਹੋ ਜੂਗੀ ਤਾਂ ਜਿਹੜੇ ਬੰਦੇ ਰਹਿੰਦੇ ਨੇ ਪਰਚੀ ਕੱਟ ਦਾਂਗੇ। ਪਿੱਛੋਂ ਵੀ ਘੱਟ ਆਉਂਦੀ ਹੈ ਜੀ, ਇਹ ਪਿੱਛੋਂ ਵੀ ਘੱਟ ਆਉਂਦੀ ਹੈ ਨਾ, ਨੈਟ ਮਸ਼ੀਨ 'ਚ ਪੈਂਦੀ ਆ ਇਹ ਪਰਚੀ, ਅੰਗੂਠਾ ਲਾ ਕੇ ਕੱਟੀ ਫਿੰਗਰ ਹੋ ਕੇ ਕੱਟ ਹੁੰਦੀ ਆ। ਅਸੀਂ ਤਾਂ ਹਰੇਕ ਵਾਰੀ ਕਹਿੰਦੇ ਜੀ ਬੰਦੇ ਰਹਿੰਦੇ ਆ ਵੀ ਸਾਨੂੰ ਅਗਲਾ ਬੋਲਦਾ, ਜਿਹੜੇ ਬੰਦੇ ਰਹਿ ਜਾਂਦੇ ਆ ਨਾ, ਉੱਥੇ ਜੀ ਸਾਨੂੰ ਉਹ ਕੰਡਾ ਕਰਕੇ ਦਿੰਦੇ ਆ, ਟਰੱਕ ਤੋਲ ਕੇ ਦਿੰਦੇ ਆ। ਹਾਂਜੀ ਹਾਂ, 32 ਦਾ ਨਹੀਂ ਹੈ, ਅਸੀਂ ਤੋਲ ਕੇ ਹੀ ਦਿੰਦੇ ਹਾਂ, ਕੰਡਾ ਕਰਕੇ ਹੀ ਦਿੰਦੇ ਹਾਂ ਅਸੀਂ, ਉੱਥੋਂ ਟਰੱਕ ਚੜ੍ਹ ਕੇ ਜਿੰਨਾ ਹੁੰਦਾ ਵਜਨ ਉਕਣੇ ਉਹ। ਬਿਲਕੁਲ ਨਹੀਂ, ਅਸੀਂ ਤਾਂ ਤੋਲ ਕੇ ਦਿੰਦੇ ਹਾਂ, ਹਰ ਵਾਰੀ ਕੰਡਾ ਰੱਖਦੇ ਹਾਂ ਕੋਲੇ। ਹਾਂਜੀ, ਕੋਈ ਪਤਾ ਨਹੀਂ ਜੀ ਉਹ ਕਿੰਨਾ, ਕੋਈ ਥੈਲਾ ਕਿੰਨਾ ਹੁੰਦਾ, ਕੋਈ ਘੱਟ ਵੀ ਹੁੰਦਾ, ਕੋਈ 1-2 ਕਿਲੋ ਵੱਧ ਵੀ ਹੁੰਦਾ, ਕੋਈ 1 ਕਿਲੋ ਘੱਟ ਵੀ ਹੁੰਦਾ, ਕੋਈ 1/2 ਕਿਲੋ ਦਾ ਵੀ ਫਰਕ ਪੈ ਜਾਂਦਾ ਕਿਸੇ 'ਚ। ਸਭ ਕੁਛ ਹੁੰਦਾ ਜੀ, ਮੈਨੂੰ ਬਹੁਤ ਟਾਈਮ ਹੋ ਗਿਆ ਕਰਦੇ ਨੂੰ, ਕੋਈ ਇਹ ਨਹੀਂ ਹੈ ਵੀ ਨਵਾਂ ਕੰਮ ਆ, 22-23 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ, ਕੋਈ ਨਵਾਂ ਕੰਮ ਨਹੀਂ ਹੈਗਾ ਇਹ। ਪਹਿਲਾਂ ਉੱਧਰ ਲਾਈਟ ਨਹੀਂ ਹੈਗੀ ਜੀ, ਨਹੀਂ ਉੱਥੇ ਹੀ ਕਰਦੇ ਹੁੰਦੇ ਅਸੀਂ ਕੰਮ, ਲਾਈਟ ਨਾ ਹੋਣ ਕਰਕੇ ਇੱਥੇ ਪਰਚੀ ਕੱਟੀ ਆ, ਜਾਂ ਹਮੰਦਰ 'ਚ ਕੱਟੀ ਆ। ਜੋ ਵੀ ਕਣਕ ਜਾਰੀ, ਜਿਹੜੇ ਰਹਿ ਗਏ ਬੰਦੇ, ਕਣਕ ਜਾਰੀ ਹੋ ਜੂ ਅਸੀਂ ਇਹਨਾਂ ਨੂੰ ਕਣਕ ਦੇ ਦਾਂਗੇ। ਉਹਦੇ ਵਿੱਚੋਂ ਸਾਰੇ ਬੰਦੇ ਕਰਤੇ ਜੀ, ਕੋਈ 5-4 ਬੰਦੇ ਸੱਕ ਜਿਹੜੇ ਪਰੇ ਗਏ ਹੋਣਗੇ ਉਹ ਰਹਿ ਗਏ ਹੋਣੇ। ਅਸੀਂ ਤਾਂ ਕਹਿੰਦੇ ਸੈਂਟਰ ਸਰਕਾਰ ਪੂਰੀ ਦੇਵੇ ਕਣਕ, ਪੂਰੇ ਕਾਰਡਾਂ ਦੀ, ਜਿੰਨੇ ਸਾਡੇ ਕਾਰਡ ਬਣਦੇ ਨੇ ਸਾਰੇ, ਸਾਰਿਆਂ ਨੂੰ ਕਣਕ ਮਿਲੇ, ਮਿਲਣੀ ਚਾਹੀਦੀ ਆ, ਜਿੰਨੇ ਕਾਰਡ ਪਿੰਡ ਦੇ ਬਣੇ ਹੋਏ ਨੇ ਸਾਰੀ ਮਿਲਣੀ ਚਾਹੀਦੀ ਆ। ਠੀਕ ਹੈ ਨਾ, ਕਣਕ ਆ ਉਹ ਸਰਕਾਰ ਵੱਲੋਂ ਹੀ ਕੀ ਕਹਿੰਦੇ, ਜਿੰਨੀ ਸਾਡੇ ਕੋਲ ਸਰਕਾਰ ਵੱਲੋਂ ਆ ਰਹੀ ਆ ਹੈ ਨਾ, ਅਸੀਂ ਉਨਾ ਹੀ ਕੀ ਕਹਿੰਦੇ ਮਤਲਬ ਕਣਕ ਆ ਜਿਹੜੀ ਜਾਰੀ ਕੀਤੀ ਹੋਈ ਹੈ, ਅਤੇ ਅਸੀਂ ਜਾਰੀ ਕਰ ਰਹੇ ਹਾਂ ਕੀ ਕਹਿੰਦੇ ਮਤਲਬ, ਸਾਡੀ ਪੂਰੀ ਕੋਸ਼ਿਸ਼ ਆ ਵੀ ਕਿਸੇ ਬੰਦੇ ਨੂੰ ਕੀ ਕਹਿੰਦੇ ਮਤਲਬ ਜਿਹੜੀ ਕਣਕ ਤੋਂ ਵਾਂਝਾ ਨਾ ਰਹੇ। ਹਾਂਜੀ ਹਾਂਜੀ ਹਾਂਜੀ, ਸਰ ਗੱਲ ਇਹ ਆ ਕਿ ਨਾ ਸਰਕਾਰ ਵੱਲੋਂ ਕੀ ਕਹਿੰਦੇ ਮਤਲਬ ਜਿੰਨੀ ਕਣਕ ਆ ਅਸੀਂ ਉਨੀ ਹੀ ਕੀ ਕਹਿੰਦੇ ਮਤਲਬ ਕਣਕ ਆ ਜਾਰੀ ਕੀਤੀ ਆ, ਉਨੀ ਹੀ ਕਣਕ ਕੀ ਕਹਿੰਦੇ ਐਲੋਕੇਸ਼ਨ ਕੀਤੀ ਆ, ਬਾਕੀ ਜੇ ਕੋਈ ਕਣਕ ਸਰਕਾਰ ਵੱਲੋਂ ਗਾਹਾਂ ਪਿੱਛੋਂ ਆਏਗੀ ਅਸੀਂ ਕੀ ਕਹਿੰਦੇ ਉਹਨੂੰ ਦੇਣ ਦੇ ਯੋਗ ਹਾਂ ਕੀ ਕਹਿੰਦੇ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਅਸੀਂ ਮਤਲਬ ਉਹਨਾਂ ਦੀ ਪਹਿਲ ਦੇ ਆਧਾਰ 'ਤੇ ਸਮੱਸਿਆ ਵੀ ਸੁਣਨ ਨੂੰ ਤਿਆਰ ਹਾਂ। ਨਹੀਂ 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 ਨਹੀਂ, ਪਿਛਲੀ ਮੰਥ ਤਾਂ ਜਿਹੜੀ 6 ਮਹੀਨੇ ਦੀ ਕਣਕ ਆਉਂਦੀ ਹੈ ਸਰ, ਜਿੰਨੀ 6 ਮਹੀਨੇ ਦੀ ਕਣਕ ਸਾਡੇ ਕੋਲ ਇੱਕ ਵੀ ਕੰਪਲੇਂਟ ਕੀ ਕਹਿੰਦੇ ਇਹਨਾਂ ਪਿੰਡਾਂ ਵਿੱਚੋਂ ਨਹੀਂ ਪਹੁੰਚੀ ਅੱਜ ਤੱਕ, ਜਿਹੜੇ ਪਿਛਲੀ ਕੀ ਕਹਿੰਦੇ ਮਤਲਬ ਕਣਕ ਜਿਹੜੀ ਹੁਣ ਕਣਕ ਆ, ਜਿੰਨੀ ਸਾਡੇ ਕੋਲ ਕਣਕ ਕੀ ਕਹਿੰਦੇ ਸਰਕਾਰ ਵੱਲੋਂ ਐਲੋਕੇਟਡ ਹੋਈ ਆ, ਉਨੀ ਕਣਕ ਅਸੀਂ ਕੀ ਕਹਿੰਦੇ ਮਤਲਬ ਜਾਰੀ ਕਰ ਚੁੱਕੇ ਹਾਂ, ਅਤੇ ਜੇਕਰ ਸਰਕਾਰ ਸਾਨੂੰ ਹੋਰ ਕਣਕ ਕੀ ਕਹਿੰਦੇ ਮਤਲਬ ਜਾਰੀ ਕਰੂਗੀ, ਅਸੀਂ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਜਿਹੜੇ ਬੰਦੇ ਰਹਿ ਗਏ ਅਸੀਂ ਦੇਵਾਂਗੇ ਜੀ। ਸਰ 30 ਕਿਲੋ ਦੀ ਭਰਾਈ ਹੁੰਦੀ ਹੈ ਜੀ,
ਵੱਡੀ ਨਹੀਂ ਜੀ ਇਹ ਤਾਂ ਸਿਰਫ ਡੀਸੀਪੀ ਕਣਕ ਹੋਈ ਹੈ ਸਰ ਹਾਂਜੀ ਜਦੋਂ ਕਣਕ ਤੋਲ ਡੀਪੂ ਵੱਲ ਤੋਲ ਕੇ ਦਿੱਤੀ ਜਾਂਦੀ ਹੈ ਉਹ ਕਣਕ 32 ਕਿਲੋ ਦੀ ਬੋਰੀ ਨਿਕਲਦੀ ਹੈ ਨਹੀਂ 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 ਬਿਲਕੁਲ 30 ਕਿਲੋ ਦੀ ਕਣਕ ਦੀ ਬੋਰੀ ਹੁੰਦੀ ਹੈ ਜੀ ਬੋਰੀਆਂ ਦੇ ਵਿੱਚ ਘੱਟ ਹੁੰਦੀ ਹੈ 28-32 ਕਿਲੋ ਹੁੰਦੀ ਹੈ ਨਹੀਂ ਡੀਪੂ ਲੈ ਰਹੇ ਫੇਰੀ ਕਰਦੇ ਆ ਜਾਂ ਫਿਰ ਪਿੱਛੋਂ ਕਿ ਆਉਂਦੀ ਹੈ ਵੀਰ ਜੀ ਪਹਿਲੀ ਗੱਲ ਤਾਂ ਇਹ ਆ ਵੀ ਸਾਡੇ ਕੋਲ ਕੋਈ ਕੰਪਲੀਟ ਹੀ ਨਹੀਂ ਆਈ ਕੋਈ ਬੰਦੇ ਤੇ ਇੱਕ ਵੀ ਕੰਪਲੀਟ ਸਾਡੇ ਕੋਲ ਨਹੀਂ ਹੈਗੀਆਂ ਸਰ ਮੈਨੂੰ ਕੋਈ ਵੀਡੀਓ ਆਲਰੇਡੀ ਵੀਡੀਓਸ ਨਹੀਂ ਪਈਆਂ ਨੇ ਮੇਰੇ ਕੋਲ ਸਾਰਾ ਕੰਡੇ ਵੀ ਪਏ ਨੇ ਸਾਰੇ ਮਤਲਬ ਕੰਪਲੀਟ ਸਹੀ ਨੇ ਕਿ ਮਤਲਬ ਇਹ ਕਣਕ ਹੈ ਜਿਹੜੀ ਬੋਰੀ ਹੈ 30 ਕਿਲੋ ਦੀ ਬੋਰੀ 32 ਕਿਲੋ ਦੀ ਬਣ ਜਾਂਦੀ ਨਹੀਂ 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 30 ਕਿਲੋ ਦੀ ਹੀ ਬੋਰੀ ਕੀ ਕਹਿੰਦੇ ਸਾਡੇ ਵੱਲੋਂ 30 ਕਿਲੋ ਦੀ ਬੋਰੀ ਕੀ ਕਹਿੰਦੇ ਦਿੱਤੀ ਜਾਂਦੀ ਹੈ ਸਾਡੇ ਕੋਲ 30 ਕਿਲੋ ਦੀ ਬੋਰੀ ਹੁੰਦੀ ਹੈ ਪਰ ਲੇਕਿਨ ਜਿਹੜੀ ਡੀਪੂ ਵਾਲੇ ਨੇ ਉਹ 32 ਕਿਲੋ ਦੀ ਬੋਰੀ ਕਰਕੇ ਕਿਵੇਂ ਦਿੱਤੀ ਨਹੀਂ 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 ਕੋਈ ਪ੍ਰੋਬਲਮ ਹੀ ਨਹੀਂ ਸਰ ਹੈਗੀ ਸਾਡੇ ਕੋਲ ਕੋਈ ਵੀ ਬੰਦਾ ਤੁਸੀਂ ਸਾਡੇ ਕੋਲ 10 ਬੰਦੇ ਵੀ ਲੈ ਕੇ ਆਓ ਅਸੀਂ ਕੀ ਕਹਿੰਦੇ ਮਤਲਬ ਕੰਪਲੀਟ ਹਾਜ਼ਰ ਉਹਨਾਂ ਨੂੰ ਕੀ ਕਹਿੰਦੇ ਮਤਲਬ ਸਹੀ ਕਰਨ ਦੀ ਕੋਸ਼ਿਸ਼ ਕਰਾਂਗੇ ਹਰ ਗੱਲ ਦੇ ਵਿੱਚ ਸਾਡੇ ਕੋਲ ਇੱਕ ਵੀ ਕੰਪਲੀਟ ਨਹੀਂ ਆਈ ਇੱਕ ਕੰਪਲੀਟ ਕੀ ਕਹਿੰਦੇ ਕਿਸੇ ਪਿੰਡ ਦੀ ਕੋਈ ਲਿਖਤੀ ਮਤਲਬ ਕੰਪਲੀਟ ਨਹੀਂ ਸਾਨੂੰ ਦੇ ਕੇ ਗਿਆ ਸਰ ਸਾਡੀ ਮੇਰੀ ਸਾਡੀ ਇਹ ਰਿਕੁਐਸਟ ਆ ਸਾਡੇ ਆਪਣੇ ਇੰਸਪੈਕਟਰ ਖੁਦ ਜਾ ਕੇ ਔਰ ਨਾਲ ਕੀ ਕਹਿੰਦੇ ਮਤਲਬ ਡੀਪੂ ਹੋਲਡਰ ਦੇ ਅੰਗੂਠਾ ਲਵਾ ਕੇ ਸਾਰਾ ਕੁਛ ਕਰਾ ਕੇ ਉਹਨਾਂ ਨੂੰ ਪਰਚੀਆਂ ਕੀ ਕਹਿੰਦੇ ਮਤਲਬ ਕੱਟ ਕੇ ਕਣਕ ਕੀ ਕਹਿੰਦੇ ਮਤਲਬ ਉਹਨਾਂ ਦੀ ਜਿੰਨੀ ਕਣਕ ਕੀ ਕਹਿੰਦੇ ਉਹਨਾਂ ਦੀ ਐਲੋਕੇਟ ਮਸ਼ੀਨ 'ਚ ਹੁੰਦੀ ਆ ਉਨੀ ਕਣਕ ਉਹਨਾਂ ਨੂੰ ਦਿੱਤੀ ਜਾਂਦੀ ਹੈ ਸਰ ਕਣਕ ਅਸੀਂ ਬਿਲਕੁਲ ਜੋ ਜਿੰਨੇ ਪਿੰਡਾਂ ਦੇ ਵਿੱਚ ਅਸੀਂ ਦਿੱਤੇ ਮਤਲਬ ਪਹੁੰਚ ਚੁੱਕੀ ਆ ਹੁਣ ਤੱਕ ਕਣਕ ਬਿਲਕੁਲ ਸਹੀ ਕੀ ਕਹਿੰਦੇ ਮਤਲਬ ਕਣਕ ਦਿੱਤੀ ਜਾ ਰਹੀ ਆ ਸਰ ਆਉਣਾ ਹੈ ਪਹਿਲਾਂ ਦੇਖੋ ਸਰਕਾਰ 'ਤੇ ਡਿਪੈਂਡ ਆ ਜੀ ਸਰਕਾਰ ਜੋ ਵੀ ਜਿੱਦਾਂ ਵੀ ਸਾਨੂੰ ਕੀ ਕਹਿੰਦੇ ਸਰਕਾਰ ਵੱਲੋਂ ਹੁਕਮ ਹੋਣਗੇ ਅਸੀਂ ਕਣਕ ਦੇਣ ਨੂੰ ਤਿਆਰ ਹਾਂ ਜੀ ਕੀ ਕਹਿੰਦੇ ਮਤਲਬ ਨਾਲ ਦੀ ਨਾਲ ਐਲੋਕੇਟ ਕਰ ਦਾਂਗੇ ਜੀ